ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬੀ ਸਾਹਿਤਕ ਮੰਚ 'ਤੇ ਅੱਜ ਤੁਸੀਂ ਸੁਣੋਗੇ ਵਰਿਆਮ ਸਿੰਘ ਸੰਧੂ ਦੀ ਲਿਖੀ ਕਹਾਣੀ ਅੰਗ ਸੰਗ। ਤਾਂ ਆਓ ਸੁਣਦੇ ਹਾਂ ਅੱਜ ਦੀ ਇਹ ਕਹਾਣੀ। ਅੱਜ ਭੋਗ ਪੈ ਗਿਆ ਸੀ। ਰਸਮ ਅਨੁਸਾਰ ਵੱਡੇ ਮੁੰਡੇ ਅਮਰੀਕ ਨੂੰ ਨਾਨਕੇ ਜ਼ਿੰਮੇਵਾਰੀ ਦੀ ਪੱਗ ਬਣਾ ਗਏ ਸਨ। ਇਸ ਦੇ ਨਾਲ ਹੀ ਉਸ ਨਿੱਕੇ ਜਿਹੇ ਆਦਮੀ ਦੇ ਨਿੱਕੇ ਜਿਹੇ ਇਤਿਹਾਸ ਦਾ ਅੰਤ ਹੋ ਗਿਆ ਸੀ, ਜਿਸ ਇਤਿਹਾਸ ਨੂੰ ਕਿਸੇ ਪੁਸਤਕ ਵਿੱਚ ਨਹੀਂ ਸੀ ਲਿਖਿਆ ਜਾਣਾ, ਪਰ ਜਿਸ 'ਤੇ ਕੀਤੇ ਛੋਟੇ ਵੱਡੇ ਕੰਮਾਂ ਨੇ ਉਸ ਛੋਟੇ ਜਿਹੇ ਪਰਿਵਾਰ ਦੇ ਜੀਵਨ ਉੱਪਰ ਵੱਖ ਵੱਖ ਰੂਪਾਂ ਵਿੱਚ ਅਸਰਅੰਦਾਜ਼ ਹੋਣਾ ਸੀ। ਸਾਰਾ ਪਰਿਵਾਰ ਹਨੇਰੀ ਰਾਤ ਵਿੱਚ ਬਾਹਰ ਆਪੋ ਆਪਣੀਆਂ ਮੰਜੀਆਂ 'ਤੇ ਲੇਟਿਆ ਹੋਇਆ ਸੀ। ਇੱਕ ਚੁੱਪ ਹਨੇਰੇ ਵਾਤਾਵਰਨ ਵਿੱਚ ਤਣੀ ਹੋਈ ਸੀ। ਉਹ ਜੋ ਜਾ ਚੁੱਕਾ ਸੀ ਅਜੇ ਵੀ ਮੁਸਕਰਾਉਂਦਾ, ਹੱਸਦਾ, ਗੁੱਸੇ ਹੁੰਦਾ, ਰੋਂਦਾ, ਮੱਝਾਂ ਚੋਂਦਾ, ਪੱਠੇ ਕੁਤਰਦਾ, ਡੰਗਰ ਖੋਲਦਾ, ਬੰਨਦਾ, ਉਹਨਾਂ ਨੂੰ ਪਾਣੀ ਪਿਆਉਂਦਾ, ਹਲ ਵਾਹੁੰਦਾ, ਜੀਆਂ ਨੂੰ ਵਰਚਾਉਂਦਾ, ਮਾਰਦਾ, ਕੁੱਟਦਾ, ਵੱਖ ਵੱਖ ਰੂਪਾਂ ਵਿੱਚ ਸਾਰੇ ਜੀਆਂ ਦੇ ਮਨ ਅੰਦਰ ਚੱਲਦੀ ਫਿਲਮ ਵਾਂਗ ਚਿਹਰੇ ਬਦਲ ਰਿਹਾ ਸੀ। ਉਹ ਚੁੱਪ ਉਸ ਨਾਲ ਕੀਤੀਆਂ ਗੱਲਾਂ ਦੁਹਰਾ ਰਹੇ ਸਨ। ਉਹਨਾਂ ਨੂੰ ਲੱਗਦਾ ਸੀ ਜਿਵੇਂ ਉਹ ਗਿਆ ਨਹੀਂ, ਉਹਨਾਂ ਦੇ ਅੰਗ ਸੰਗ ਸੀ, ਇਸੇ ਘਰ ਵਿੱਚ ਸੀ, ਉਹਨਾਂ ਦੇ ਕੋਲ ਹੀ ਪਰੇ ਡੰਗਰਾਂ ਅੱਗੇ ਸੁੱਤਾ ਪਿਆ ਹੋਇਆ, ਸ਼ਰਾਬ ਵਿੱਚ ਗੁੱਟ। ਅਮਰੀਕ, ਜੋ ਪਿੰਡੋਂ ਦੂਰ ਕਿਧਰੇ ਤੀਜੇ ਦਰਜੇ ਦਾ ਸਰਕਾਰੀ ਮੁਲਾਜ਼ਮ ਸੀ, ਲੇਟਿਆ ਹੋਇਆ ਪਿਛਲੇ ਦਿਨਾਂ ਬਾਰੇ ਸੋਚ ਰਿਹਾ ਸੀ। ਜਿਹੜੇ ਦਿਨ ਉਸਦੇ ਪਿਤਾ ਕਰਤਾਰ ਸਿੰਘ ਦੀ ਮੌਤ ਤੋਂ ਪਿੱਛੋਂ ਇੱਕ ਕਾਲੇ ਪਰਛਾਵੇਂ ਵਾਂਗ ਉਸਦੇ ਨਾਲ ਨਾਲ ਤੁਰੇ ਸਨ। ਇਹਨਾਂ ਦਿਨਾਂ ਵਿੱਚ ਉਹ ਆਪਣੀ ਉਮਰ ਨਾਲੋਂ ਆਪਣੇ ਆਪ ਨੂੰ ਵੱਡਾ ਮਹਿਸੂਸ ਕਰਨ ਲੱਗ ਪਿਆ ਸੀ, ਜਿਵੇਂ ਕੂਲੇ ਬੈੜਕੇ ਨੂੰ ਹਲੀ ਜੋੜ ਦਿੱਤਾ ਹੋਵੇ, ਜਿਵੇਂ ਉਹ ਬਹੁਤ ਵੱਡਾ ਪਹਾੜੀ ਭਾਰ ਉਸਦੇ ਸਿਰ 'ਤੇ ਆ ਪਿਆ ਹੋਵੇ। ਉਸਨੂੰ ਤਾਂ ਅਜੇ ਇਸ ਦਾ ਚਿੱਤ ਚੇਤਾ ਵੀ ਨਹੀਂ ਸੀ। ਉਸਨੂੰ ਤਾਂ ਛੋਟਾ ਮਹਿੰਦਰ ਲੈਣ ਗਿਆ ਸੀ ਅਤੇ ਉਸ ਤੋਂ ਹੀ ਪਤਾ ਲੱਗਾ ਸੀ ਕਿ ਕਰਤਾਰ ਸਿੰਘ ਨੇ ਖਬਰੇ ਰਾਤੀਂ ਬਹੁਤ ਨਸ਼ਾ ਪੀ ਲਿਆ ਸੀ ਜਾਂ ਖਬਰੇ ਵਾਹ ਵੱਜ ਗਈ ਸੀ। ਸਵੇਰੇ ਜਦੋਂ ਚਾਹ ਬਣਾ ਕੇ ਡੰਗਰਾਂ ਅੱਗੇ ਸੁੱਤੇ ਨੂੰ ਅਮਰੀਕ ਦੀ ਮਾਂ ਜਗੀਰ ਕੌਰ ਜਗਾਉਣ ਗਈ ਤਾਂ ਉਹ ਬੇਹੋਸ਼ ਪਿਆ ਸੀ, ਸਾਹ ਘਰੜ ਘਰੜ ਕਰਕੇ ਆ ਰਿਹਾ ਸੀ। ਉਸੇ ਵੇਲੇ ਪਿੰਡ ਦੇ ਡਾਕਟਰ ਨੂੰ ਸੱਦਿਆ ਗਿਆ ਅਤੇ ਉਸਦੇ ਜਵਾਬ ਦੇਣ 'ਤੇ ਟੈਕਸੀ ਕਰਕੇ ਉਸਨੂੰ ਸ਼ਹਿਰ ਹਸਪਤਾਲ ਲੈ ਆਉਂਦਾ ਸੀ। ਅਤੇ ਦੂਜੇ ਦਿਨ ਮਹਿੰਦਰ, ਅਮਰੀਕ ਦੀ ਮਾਂ ਅਤੇ ਅਮਰੀਕ ਤਿੰਨੇ ਕਰਤਾਰ ਸਿੰਘ ਦੀ ਲਾਸ਼ ਸ਼ਾਮ ਦੇ ਘੁਸਮੁਸੇ ਵਿੱਚ ਪਿੰਡ ਲੈ ਆਏ। ਵੱਡੀ ਕੁੜੀ ਪੰਸੋ ਨੇ, ਜੋ ਪਿਓ ਦੀ ਬਿਮਾਰੀ ਸੁਣ ਕੇ ਸਹੁਰਿਓਂ ਆ ਗਈ ਹੋਈ ਸੀ, ਪਿਤਾ ਦੀ ਲਾਸ਼ ਆਈ ਸੁਣ ਕੇ ਗਲੀਆਂ ਸਿਰ 'ਤੇ ਚੁੱਕ ਲਈਆਂ। ਉਹ ਚੀਕਾਂ ਮਾਰਦੀ ਹੋਈ ਪਿਓ ਦੀ ਲਾਸ਼ 'ਤੇ ਅੱਡ ਗਈ, ਵੇ ਮੇਰਿਆ ਰਾਜਿਆ ਬਾਬਲਾ, ਸਾਨੂੰ ਵਿਲਕਦਿਆਂ ਯਤੀਮਾਂ ਨੂੰ ਛੱਡ ਕੇ ਕਿੱਧਰ ਤੁਰ ਗਿਓ, ਵੇ ਤੇਰੇ ਬਿਨਾਂ ਉੱਜੜ ਗਏ ਅਸੀਂ ਇਸ ਵਸ ਦੇ ਨਗਰ ਵਿੱਚ। ਸਾਰਾ ਪਰਿਵਾਰ ਤਾਹਾਂ ਮਾਰ ਰਿਹਾ ਸੀ, ਲੋਕ ਜੁੜ ਗਏ ਸਨ ਅਤੇ ਉਹ ਸਾਰੀ ਰਾਤ ਉਹਨਾਂ ਦੀ ਰੋਂਦਿਆਂ ਗੁਜ਼ਰੀ ਸੀ। ਸਵੇਰ ਨੂੰ ਦੂਜੀ ਕੁੜੀ ਵੀ ਸਹੁਰਿਆਂ ਤੋਂ ਆ ਗਈ। ਹੋਰ ਰਿਸ਼ਤੇਦਾਰ ਦੇ ਆਉਣ 'ਤੇ ਕਰਤਾਰ ਸਿੰਘ ਦਾ ਸੰਸਕਾਰ ਕਰ ਦਿੱਤਾ ਗਿਆ ਸੀ। ਘਰ ਤਾਂ ਸਾਈਂ ਤੁਰ ਗਿਆ ਸੀ ਅਤੇ ਪਿੱਛੇ ਰਹਿ ਗਈਆਂ ਸਨ ਅਫਸੋਸ ਲਈ ਆਏ ਲੋਕਾਂ ਦੀਆਂ ਦਿਲ ਭਰੀਆਂ। ਅਮਰੀਕ ਸਿਆਂ, ਫਿਕਰ ਨਾ ਕਰ, ਜੋ ਆਇਆ ਸੋ ਚੱਲ ਸੀ, ਮਹਾਰਾਜ 'ਚ ਲਿਖਿਆ, ਜੱਗ ਚੱਲਣੀ ਸਰਾਏ, ਵੱਡੇ ਵੱਡੇ ਲੱਦ ਕੇ ਰੌਣ ਅਰਕੇ, ਜਿੰਨਾ ਕਾਲ ਨੂੰ ਭਾਵੇ ਨਾਲ ਪੱਧਾ ਸੀ, ਪਰ ਬੰਦਾ ਉਮਰ ਨਾਲ ਜਾਵੇ ਹਿਰਖ ਨਹੀਂ ਹੁੰਦਾ। ਉਹਨੂੰ ਲੈ ਬੈਠੇ ਉਹਦੇ ਵੈਲ, ਨਹੀਂ ਤਾਂ ਸਾਡੇ ਤਾਂ ਹੱਥਾਂ 'ਚ ਜੰਮਿਆ ਉਹ, ਮਰਿਆ ਨਾਲ ਮਰਿਆ ਨਹੀਂ ਜਾਂਦਾ ਹੀਰਿਆ, ਹੁਣ ਤਾਂ ਸ਼ੇਰਾ ਟੱਬਰ ਦਾ ਭਾਰ ਤੇਰੇ ਸਿਰ 'ਤੇ ਹੈ, ਮਰਦ ਬਣ ਅਤੇ ਜ਼ਿੰਮੇਵਾਰੀ ਸੰਭਾਲ ਬਈ। ਇਸ ਜ਼ਿੰਮੇਵਾਰੀ ਅਤੇ ਫਰਜ਼ ਦੇ ਅਹਿਸਾਸ ਨੇ ਉਸਨੂੰ ਇੱਕ ਤਰ੍ਹਾਂ ਵਲ ਪਾ ਲਿਆ ਸੀ ਨਾਗ ਵਾਂਗੂ। ਇਸ ਨਾਗ ਦਾ ਪਹਿਲਾ ਡੰਗ ਉਹਨੂੰ ਉਦੋਂ ਵੱਜਿਆ ਸੀ ਜਦੋਂ ਸੁਸਾਇਟੀ ਦਾ ਅਫਸਰ ਕਰਤਾਰ ਸਿੰਘ ਦੀ ਮੌਤ ਤੋਂ 8ਵੇਂ ਦਿਨ ਪਿੱਛੋਂ ਆਪਣੇ ਅਮਲੇ ਸਮੇਤ ਜੀਪ 'ਤੇ ਆਇਆ ਅਤੇ ਉਸਦੇ ਪਿਓ ਦੀ ਮੌਤ ਦਾ ਅਫਸੋਸ ਕਰਨ ਤੋਂ ਪਿੱਛੋਂ ਰਜਿਸਟਰ ਫੋਲ ਕੇ 1650 ਰੁਪਏ ਖਾਦ ਦੇ ਕਰਜ਼ੇ ਵਜੋਂ ਉਹਦੇ ਪਿਓ ਦੇ ਨਾਮ 'ਤੇ ਦੱਸਦਿਆਂ ਕਿਹਾ ਸੀ ਕਿ ਇਹ ਪੈਸੇ ਉਹਨਾਂ ਦੇ ਮਰਨ ਤੋਂ ਪਿੱਛੋਂ ਕਾਨੂੰਨ ਅਨੁਸਾਰ ਤੁਹਾਨੂੰ ਜਮ੍ਹਾਂ ਕਰਾਉਣੇ ਪੈਣਗੇ। ਅਮਰੀਕ ਨੂੰ ਅੱਗੋਂ ਕੁਝ ਔੜ ਨਹੀਂ ਸੀ ਰਿਹਾ। ਕੁਝ ਮੌਲਤ ਜਾਂ ਰਿਆਇਤ ਮੰਗਣ 'ਤੇ ਇੰਸਪੈਕਟਰ ਨੇ ਕਿਹਾ ਸੀ
कि वह दो किश्तों विच पैसे चुकता कर देवे। पहली किश्त लई उन्हें 15 दिनों की मोहलत दित्ती सी। ये रैत भी वह मुलाजम भरा होने के नाते कर गया सी। छोटा महेंद्र कोई बहुता साऊ नहीं सी निकलिया, उसका वाही वल कोई बहुता ध्यान नहीं सी। डंगर धुप्पे सड़ते रहिंदे सन। वह हजारी टुंडे के कोठे उत्ते उड़दे कबूतरां नूं असमान ते नज़रां गड्डी वेखदा रहिंदा सी। प्यो नूं भी अगों सीधा आउंदा सी। उसदे मोढे नाल मोढा जोड़ के संकट विचों लंघ जाण दी बहुती आस नहीं सी। उस तों छोटी कुड़ी अजे सत्तवीं विच पढ़दी सी। अमरीक ने सोचिया, शुकर रब दा करतार सिंह दो वड्डियां कुड़ियां हत्थीं विआह गया ते उस लम्मा होंका भरिया। चंगा सी जां माड़ा, भावें शराब पींदा सी भावें फीम खांदा सी, अमरीक नूं तां प्यो दे जिउंदिआं परिवार दा कोई फिकर नहीं सी। ओह तां महीने पिछों अद्धी तनखाह अपने वरतन लई रख के अद्धी तनखाह अपनी मां दे हथ ते लिया रखदा सी। तनखाह नाल अते माड़ी चंगी वाही नाल ओह घर दा सारा खर्च तोरी फिरदे सन। अमरीक ने कदे डुंगाई विच जाण दी कोशिश ही नहीं सी कीती कि घर दा सारा गुजारा किवें चल रहा सी। दरअसल उन्हूं प्यो दे शराब पीण अते अफीम खाण नाल एक तरह की चिड़ जिही सी। जो मर्जी करो मेरे वल्लों, उहदा कुछ इंज दा ही रवैया रहा सी। ओह अंदरों अंदरी प्यो तो दूर ना हुंदा, खबरे उन्हूं प्यार करदा समझाउंदा तां शायद ओह इस हद तक ना वधदा जिस हद नूं लंघ के ओह शराब विच रुड़ गया सी। उहनूं अपना आप भी अपने प्यो की मौत का एक कारण लगन लगा। ओदियां अखां विच पानी तैर आया। उसने अखां कुट के मिचियां फिर खोलियां। अखां विचले पानी करके आसमान के तारे धुंधले हो गए सन। कई सालों तो वह प्यो नाल कुटिया कुटिया रहा सी। उन्हें एक दूजे नाल कदी घट वधी दिल की गल कीती सी। उसनूं कई अजिहे प्यो पुत्तां दा ख्याल आया जो एक दूजे नाल दोस्तां वांग हसदे प्यार करते गल्लां करते सन। वह भी तो इंज कर सकता सी, पर वह कुछ भी नहीं सन कर सके। उहदा प्यो तुर गया सी छोटी उम्र विच ही। 45 साल की भी कोई उम्र हुंदी है, उहदे अंदर भरमी रीझ जग गई। काश किते उहदा प्यो जिउंदा हो जावे ते उस नाल इन्ना प्यार करे, इन्ना प्यार करे कि उह दूर बचपन विच गुआच गया। निक्की निक्की दाढ़ी वाला उहदा प्यो उसनूं पहली जमात विच दाखल कराउण गया तां मास्टर मुल्ख राज अमरीक नूं पिठ थापड़दिआं कह रिहा सी, आ वेख तेरे जिड्डे सारे मुंडे, आ वेख खुशी खोती दा मुंडा तेरे तों वी छोटा। ओ मुंडिओ, अमरीके दा प्यो वी मेरे कोल पढ़दा रिहा ते हुण अमरीक सौं सरदार वी पढ़िया करो। ते पतासे वंडण तों बाद मास्टर ने जदों उहदे प्यो तों 5 रुपईआं दा नोट दाखल कराई लिया तां उह हस के कहण लगा सी, मास्टर जी इहनूं वी किते साडे वर्गा ही ना पढ़ायो, साडी तां बेड़ी डोबती जे, इहनूं बन्ने ला दिओ। ते मुल्ख राज खीं खीं करके हसता होया कह रहा सी, आ जा पुत्रा बाज आ जा। ते अमरीक नूं लगा उहदा प्यो वगदे दरिया विच उहनूं कल्लिआं छड्ड के परले बन्ने ते खलोता हस रहा सी। कक्की कक्की दाड़ी अते निक्कियां निक्कियां मुछां वाला जिसनूं कदी उह बड़ा प्यार करता सी, जिहड़ा अजे भी छाला मारता सी ते सारिआं तों अगे डिगदा सी, ते फिर होरनां नूं हस के कहिंदा सी, असी तां जी जंत वाले हो गए हाँ, हुण साथों छाला कित्थे वजदियां बुढ़िआं बंदिआं तों। ते फिर 6-7 साल दे अमरीक दी पिठ थापड़ के आखदा, तूं मारिआ कर छाला पुत्रा, हुण साडी थां ते बुढ़िआं बंदिआं दी थां ते। ते कई साल अमरीक यही उड़ीकदा रहा सी कि उहदा प्यो बुढ़ा होवे, उहदी दाढ़ी विच धौले आउण, क्योंकि जदों कोई नवा आया मास्टर जां अजनबी बंदा अमरीक कोलों उसदे प्यो बारे पुछदा तां इहो आखदा, उह तेरा वड्डा भरा है। ते अमरीक नूं इह चंगा ना लगदा, उहदा प्यो प्यो क्यों नहीं लगदा, भरा क्यों लगदा है। ते उह सोचदा सारे प्यौआं नूं सियाणे सियाणे ते धौली दाढ़ी वाले होने चाहीदे। ते छाला मारदे उहदे प्यो नूं कोई बजुर्ग हस के कहिंदा, पुत्रा आउंदियां गल्लां तैनूं, तेरे सिंगां ते है अजे, जदों सिर ते पई फिर वेखी, दे सीसां प्यो दे सिर नूं जिहड़ा सिंगापुरों 4 पैसे कलाई जांदा है। ते उह सच्ची प्यो दे सिर ते ऐश लैंदा रहा सी।
ਜ਼ਮੀਨ ਹਿੱਸੇ ਠੇਕੇ ਤੇ ਦੇ ਛੱਡਦਾ ਤੇ ਆਪ ਪਿੰਡ ਦੀਆਂ ਢਾਣੀਆਂ ਵਿੱਚ ਦੋ ਘੋੜਾ ਬੋਸਕੀ ਦੀ ਲਿਸ਼ਕਦੀ ਕਮੀਜ਼ ਪਾਈ ਸਿਰ ਤੇ ਗਾਜਰੀ ਰੰਗ ਦੀ ਪੱਗ ਬੰਨ੍ਹੀ ਫਿਰਦਾ। ਉਸ ਦੇ ਹੱਥ ਵਿੱਚ ਤੇਲ ਲਾਈ ਲਿਸ਼ਕਦੀ ਸੰਮਾਂ ਵਾਲੀ ਡਾਂਗ ਹੁੰਦੀ। ਯਾਰ ਬੇਲੀ ਪੈਸੇ ਵਾਲਾ ਆਦਮੀ ਕਹਿ ਕੇ ਉਸ ਤੋਂ ਖਾਂਦੇ ਰਹਿੰਦੇ। ਅਮਰੀਕ ਨੂੰ ਯਾਦ ਸੀ ਉਸ ਦੇ ਪਿਓ ਨੇ ਨਿੱਕੇ ਨਿੱਕੇ ਕਈ ਸ਼ੁਗਲ ਪਾਲ ਰੱਖੇ ਸਨ। ਛਾਲਾਂ ਮਾਰਨ ਅਤੇ ਕੌਡੀ ਖੇਡਣ ਤੋਂ ਬਿਨਾਂ ਉਸਨੇ ਵਧੀਆ ਸ਼ਿਕਾਰੀ ਕੁੱਤੇ ਵੀ ਰੱਖੇ ਹੋਏ ਸਨ ਅਤੇ ਉਹ ਢਾਣੀਆਂ ਬੰਨ੍ਹ ਕੇ ਸ਼ਿਕਾਰ ਨੂੰ ਤੁਰਿਆ ਰਹਿੰਦਾ। ਦੂਜੇ ਚੌਥੇ ਦਿਨ ਉਹਨਾਂ ਦੇ ਘਰ ਮਾਸ ਨੂੰ ਤੜਕੇ ਲੱਗਦੇ ਰਹਿੰਦੇ ਅਤੇ ਚੁਬਾਰੇ ਵਿੱਚ ਦੇਰ ਤਾਈਂ ਮਹਿਫਲ ਜੁੜੀ ਰਹਿੰਦੀ। ਉਦੋਂ ਅਜੇ ਨਵੀਆਂ ਖਾਦਾਂ ਅਤੇ ਬੀਜ ਤੁਰੇ ਨਹੀਂ ਸਨ, ਇਸ ਲਈ ਕਰਤਾਰ ਸਿੰਘ ਨੂੰ ਜ਼ਮੀਨ ਖਰੀਦਣ ਦਾ ਕੋਈ ਲਾਲਚ ਨਹੀਂ ਸੀ, ਕਿਉਂਕਿ ਇਹ ਕੋਈ ਬਹੁਤੀ ਆਮਦਨ ਦਾ ਵਸੀਲਾ ਨਹੀਂ ਸੀ। ਸ਼ਾਇਦ ਉਂਝ ਵੀ ਬਹੁਤੀ ਆਮਦਨ ਕਮਾਉਣ ਵੱਲ ਉਸਦਾ ਰੁਝਾਨ ਹੀ ਨਹੀਂ ਸੀ। ਇੰਝ ਪਿਓ ਵੱਲੋਂ ਭੇਜੇ ਪੈਸੇ ਉਹ ਗੁਲਛਰਿਆਂ ਵਿੱਚ ਹੀ ਉਡਾ ਦਿੰਦਾ ਸੀ, ਪਰ ਪਿੰਡ ਵਿੱਚ ਉਸ ਦੀ ਇੱਜ਼ਤ ਬਣੀ ਹੋਈ ਸੀ। ਵਧੀਆ ਖਿਡਾਰੀ ਹੋਣ ਕਰਕੇ, ਚਿੱਟੇ ਕੱਪੜਿਆਂ ਕਰਕੇ, ਪੈਸੇ ਵਾਲੇ ਦਾ ਪੁੱਤ ਹੋਣ ਕਰਕੇ, ਚਾਰ ਬੰਦੇ ਡਾਂਗਾਂ ਫੜ ਕੇ ਤੁਰਨ ਵਾਲੇ ਨਾਲ ਹੋਣ ਕਰਕੇ ਅਮਰੀਕ ਪਿਓ ਦੇ ਨਾਲ ਫਿਰਦਾ ਤਾਂ ਉਹਦੇ ਪਿਓ ਦੇ ਯਾਰ ਵੀ ਉਹਨੂੰ ਲਾਡ ਲਡਾਉਂਦੇ, ਉਹਦੀਆਂ ਗੋਰੀਆਂ ਗੱਲਾਂ ਥੱਪਕਦੇ ਰਹਿੰਦੇ। ਇੰਝ ਕਰਤਾਰ ਸਿੰਘ ਦਾ ਪਿੰਡ ਵਿੱਚ ਟੌਰ ਸੀ ਅਤੇ ਉਹਦੇ ਕਰਕੇ ਅਮਰੀਕ ਸਿੰਘ ਦਾ ਸਕੂਲ ਵਿੱਚ ਕੋਈ ਨਿਆਣਾ ਉਹਨੂੰ ਮਾਰਦਾ ਨਹੀਂ ਸੀ। ਚੰਗੇ ਕੱਪੜਿਆਂ ਵਾਲਾ ਹੋਣ ਕਰਕੇ ਸਾਰੇ ਮੁੰਡੇ ਉਸਨੂੰ ਯਾਰ ਬਣਾਉਣਾ ਲੋਚਦੇ। ਮਾਸਟਰ ਉਹਨੂੰ ਪਿਆਰ ਕਰਦਾ ਸੀ ਅਤੇ ਅਮਰੀਕ ਉਹ ਦਿਨ ਯਾਦ ਕਰਕੇ ਸੋਚ ਰਿਹਾ ਸੀ, ਕਾਸ਼ ਉਹਦਾ ਪਿਓ ਸਦਾ ਲਈ ਇਸ ਤਰ੍ਹਾਂ ਰਹਿੰਦਾ ਅਤੇ ਉਹ ਉਸਨੂੰ ਉਸੇ ਤਰ੍ਹਾਂ ਹੀ ਪਿਆਰ ਕਰਦਾ ਰਹਿੰਦਾ। ਅਮਰੀਕ ਦੀ ਦਾਦੀ ਕਰਤਾਰ ਸਿੰਘ ਨੂੰ ਇੰਝ ਢਾਣੀਆਂ ਵਿੱਚੋਂ ਫਿਰਨ ਤੋਂ ਵਰਜਦੀ ਰਹਿੰਦੀ, ਪਰ ਉਹ ਕਿਸ ਦੀ ਪਰਵਾਹ ਕਰਦਾ ਸੀ। ਪਤਨੀ ਨੂੰ ਤਾਂ ਜ਼ਰੂਰਤ ਹੀ ਨਹੀਂ ਸੀ ਕਿ ਉਸ ਅੱਗੇ ਬੋਲੇ। ਜਨਾਨੀਆਂ ਦਾ ਕੀ ਕੰਮ ਬੰਦਿਆਂ ਦੇ ਮਾਮਲਿਆਂ 'ਚ ਦਖਲ ਦੇਣ ਦਾ, ਉਸ ਦਾ ਇਹ ਵਿਚਾਰ ਸੀ। ਅਤੇ ਇੰਝ ਦਿਨ ਗੁਜ਼ਰਦੇ ਜਾ ਰਹੇ ਸਨ। ਅਮਰੀਕ ਦਾ ਦਾਦਾ 2-4 ਸਾਲਾਂ ਬਾਅਦ ਕਿਧਰੇ ਆਉਂਦਾ ਸੀ। ਅਮਰੀਕ ਦੇ ਜੰਮਣ 'ਤੇ ਜਦੋਂ ਉਹ ਆਇਆ ਤਾਂ ਉਦੋਂ 2 ਕੋਠੜੀਆਂ ਅੱਗੇ ਸਫਾ ਅਤੇ ਅੱਗੇ ਵਰਾਂਡਾ ਛਤਵਾ ਕੇ ਉੱਪਰ ਚੁਬਾਰਾ ਪਵਾ ਗਿਆ ਸੀ। ਉਹ ਕਰਤਾਰ ਸਿੰਘ ਨੂੰ ਬਥੇਰਾ ਸਮਝਾਉਂਦਾ ਕਿ ਫਜ਼ੂਲ ਖਰਚੀ ਵਿੱਚ ਪੈਸਾ ਘੱਟ ਉਡਾਇਆ ਕਰੇ, ਕੋਈ ਜ਼ਮੀਨ ਹੋਰ ਖਰੀਦ ਲਵੇ। ਉਹ ਦੱਸਦਾ ਕਿਵੇਂ ਰੋਟੀ ਤੋਂ ਆਤੁਰ ਹੋ ਕੇ ਕਰਜ਼ੇ ਹੇਠ ਦੱਬੇ ਜਾਣ ਅਤੇ ਜ਼ਮੀਨ ਗਹਿਣੇ ਪੈ ਜਾਣ 'ਤੇ ਘਰੋਂ ਨਿਕਲਿਆ ਸੀ ਅਤੇ ਕਿਵੇਂ ਉਸਨੇ ਹੌਲੀ ਹੌਲੀ ਗਹਿਣੇ ਪਈ ਸਾਰੀ ਪੈੜੀ ਛੁਡਵਾਈ ਸੀ। ਉਹ ਬਾਹਰਲੇ ਮੁਲਕਾਂ ਵਿੱਚ ਕੰਮ ਦੀ ਕਦਰ ਬਾਰੇ ਵਿਚਾਰ ਦਿੰਦਾ, ਜਿੱਥੇ ਨਿੱਕੇ ਤੋਂ ਨਿੱਕੇ ਕੰਮ ਕਰਨ ਦੀ ਕੋਈ ਨਮੋਸ਼ੀ ਨਹੀਂ ਸੀ ਸਮਝੀ ਜਾਂਦੀ, ਜਿੱਥੇ ਫੋਕੀ ਫੂਫਾਂ ਦੇ ਕੋਈ ਅਰਥ ਨਹੀਂ ਸਨ। ਅਮਰੀਕ ਨੂੰ ਯਾਦ ਸੀ ਜਦੋਂ ਉਹਦਾ ਦਾਦਾ ਆਖਰੀ ਵਾਰ ਆਇਆ ਸੀ ਤਾਂ ਉਹਨੇ ਚੁਬਾਰੇ ਵਿੱਚ ਬੈਠੀ ਢਾਣੀ ਸਾਹਮਣੇ ਹੱਸਦਿਆਂ ਉਹਦੇ ਪਿਓ ਨੂੰ ਆਖਿਆ ਸੀ, ਉਹ ਕਰਤਾਰ ਸਿੰਘ ਜਦੋਂ ਮੈਂ ਆਉਣਾ ਮੈਂ ਸੋਚਦਾ ਤੇਰੇ ਨਾਲ ਕੋਈ ਦਿਲ ਦੀ ਗੱਲ ਕਰਾਂ, ਪਰ ਤੂੰ ਕਿਤੇ ਵਿਹਲੇ ਵੇਲੇ ਤੇ ਸੋਫੀ ਹਾਲਤ ਵਿੱਚ ਹੋਵੇਂ ਤਾਂ ਹੈ ਨਾ, ਕਰ ਤੂੰ ਜਿਹੜੀ ਕਰਨੀ ਹੈ, ਤੇਰੀ ਨਹੀਂ ਤਾਂ ਹੋਰ ਕਿਹਦੀ ਮੰਨਣੀ ਹੈ, ਤੇਰੇ ਸਿਰ 'ਤੇ ਬਜ਼ੁਰਗਾਂ ਐਸ਼ਾਂ ਕਰਦੇ ਆ। ਉਹ ਜਿਉਂਦਾ ਰਹਿ, ਬੁੱਢੇ ਨੇ ਵੀ ਛਿੱਟ ਮੂੰਹ ਨੂੰ ਲਾਈ ਹੋਈ ਸੀ, ਦਿਲ ਦੀ ਕੀ ਕਰਨੀ ਆ ਅਤੇ ਕੀ ਨਾ ਕਰਨੀ ਹੈ, ਮੈਂ ਏਡੇ ਏਡੇ ਮਕਾਨ ਤੈਨੂੰ ਪਾ ਕੇ ਦਿੱਤੇ ਨੇ ਸਹੁਰਿਆ, ਮੈਂ ਨਾ ਕਿਤੇ ਮੇਰੇ ਜਿਉਂਦੇ ਜੀ ਇਹਨਾਂ ਨੂੰ ਕਲੀ ਕਰਾ ਛੱਡ। ਅਤੇ ਸਾਰੀ ਢਾਣੀ ਵਿੱਚ ਠੱਠਾ ਮੱਚ ਗਿਆ ਸੀ। ਪਰ ਕਰਤਾਰ ਸਿੰਘ ਨੇ ਨਾ ਹੀ ਮਕਾਨ ਕਲੀ ਕਰਾਏ ਅਤੇ ਨਾ ਹੀ ਜ਼ਮੀਨ ਖਰੀਦੀ ਅਤੇ ਉਦੋਂ ਹੀ ਛੁੱਟੀ ਕੱਟ ਕੇ ਗਿਆ ਉਸਦਾ ਪਿਓ, ਤੀਸਰੇ ਚੌਥੇ ਮਹੀਨੇ ਚੜ੍ਹਾਈ ਕਰ ਗਿਆ ਸੀ। ਹੱਸਦੇ ਖੇਡਦੇ ਕਰਤਾਰ ਸਿੰਘ ਦੇ ਸਿੰਘਾਂ ਤੋਂ ਸਿਰ 'ਤੇ ਪੈ ਗਈ ਸੀ। ਬਾਹਰੋਂ ਆਉਂਦਾ ਪੈਸਾ ਇੱਕਦਮ ਬੰਦ ਹੋ ਗਿਆ ਸੀ। ਰਿਸ਼ਤੇਦਾਰਾਂ ਅਤੇ ਸੱਜਣਾ ਮਿੱਤਰਾਂ ਨੇ ਉਸਨੂੰ ਸਲਾਹ ਦਿੱਤੀ ਕਿ ਉਹ ਬੰਦਾ ਰੱਖ ਕੇ ਆਪ ਵਾਹੀ ਕਰਵਾਏ ਤਾਂ ਹੀ ਗੁਜ਼ਾਰਾ ਚੱਲੇਗਾ। ਅਤੇ ਅਮਰੀਕ ਨੂੰ ਇਹ ਵੀ ਕੱਲ੍ਹ ਵਾਂਗ ਯਾਦ ਸੀ, ਉਸਦਾ ਪਿਓ ਅਤੇ ਮਾਮਾ ਬੀਕਾਨੇਰ ਵੱਲੋਂ ਬਲਦਾਂ ਦੀ ਇੱਕ ਵਧੀਆ ਜੋੜੀ ਲੈ ਕੇ ਆਏ ਸੀ। ਲਿਸ਼ ਲਿਸ਼ ਕਰਦੇ ਦੁੱਧ ਚਿੱਟੇ ਪਿੰਡਿਆਂ ਵਾਲੇ ਬਲਦ ਜਦੋਂ ਅਮਰੀਕ ਦੇ ਨਾਨਕੇ ਮੁਕਾਬਲੇ ਵਿੱਚ ਖਰਾਸ 'ਤੇ ਜੁੱਪੇ ਸਨ ਤਾਂ ਉਹਨਾਂ ਦੀ ਜੋਗ ਜਿੱਤ ਕੇ ਮੁੜੀ ਸੀ। ਭਾਵੇਂ ਕਰਤਾਰ ਸਿੰਘ ਦੇ ਸਿਰ 'ਤੇ ਪੈ ਗਈ ਸੀ, ਪਰ ਫਿਰ ਵੀ ਉਹ ਆਪਣੇ ਕੱਪੜੇ ਦੁੱਧ ਚਿੱਟੇ ਰੱਖਦਾ। ਉਸਦੀ ਜੁੱਤੀ ਹਮੇਸ਼ਾ ਲਿਸ਼ਕਦੀ ਰਹਿੰਦੀ। ਆਪ ਪੱਠੇ ਲਿਆ ਛੱਡਦਾ ਅਤੇ ਫਿਰ ਖੁੰਡਾਂ 'ਤੇ ਬਹਿ ਛੱਡਦਾ, ਤਾਸ਼ ਖੇਡਦਾ ਰਹਿੰਦਾ। ਘਰ ਦੇ ਵੀ ਸਮਝਾਉਂਦੇ ਅਤੇ ਬਾਹਰ ਦੇ ਵੀ, ਵਾਹੀਆਂ ਮਿੱਟੀ ਨਾਲ ਮਿੱਟੀ ਹੋਇਆਂ ਹੁੰਦੀਆਂ ਨੇ, ਬਗਾਨੇ ਪੁੱਤ ਸਿਰ 'ਤੇ ਹੋਇਆਂ ਬਿਨਾਂ ਕੰਮ ਨਹੀਂ ਕਰਦੇ, ਇੰਝ ਨਹੀਂ ਸਰਨਾ। ਅਮਰੀਕ ਦੀ ਦਾਦੀ ਰਾਤ ਨੂੰ ਦੇਰ ਰਾਤ ਤੱਕ ਨਾ ਆਉਣ ਅਤੇ ਬਾਹਰ ਢਾਣੀਆਂ ਵਿੱਚ ਬੈਠੇ ਰਹਿਣ ਕਰਕੇ ਕਰਤਾਰ ਸਿੰਘ 'ਤੇ ਔਖੀ ਹੁੰਦੀ।
ਨਰਸ਼ਿਆ ਬੰਦਿਆਂ ਵਾਲੇ ਚਾਲੇ ਫੜ, ਧੀਆਂ ਪੁੱਤਾਂ ਵਾਲਾ ਹੋ ਗਿਆ, ਕੰਮ ਕੀਤਿਆਂ ਬਿਨਾਂ ਨਹੀਂ ਫੈਲਸੂਫੀਆਂ ਪੁੱਗਣੀਆਂ। ਏ ਪੁੱਗ ਜਾਣਗੀਆਂ ਬੁੱਢੜੀਏ, ਆਪੇ ਪੁੱਗ ਜਾਣਗੀਆਂ, ਤੂੰ ਚਿੰਤਾ ਨਾ ਕਰ। ਅਤੇ ਉਹ ਅਮਰੀਕ ਦੀ ਮਾਂ ਨੂੰ ਰੋਟੀ ਦੇਣ ਲਈ ਆਖਦਾ, ਜੋ ਕਿੰਨੇ ਚਿਰ ਤੋਂ ਚੌਂਕੇ ਵਿੱਚ ਬੈਠੀ ਉਸਨੂੰ ਉਡੀਕ ਰਹੀ ਹੁੰਦੀ। ਤੂੰ ਕੁੜੀਏ ਇਹਨੂੰ ਆਪ ਨਹੀਂ ਵਰਜਦੀ, ਪ੍ਰਸ਼ਾਦੇ ਗਰਮ ਕਰ ਕਰਕੇ ਖਵਾਉਂਦੀ ਹੈ, ਇਹ ਵਿਗੜੇ ਕਿਉਂ ਨਾ, ਜਦੋਂ ਆਵੇ ਠੰਡਾ ਤੋਸਾ ਮੱਥੇ ਮਾਰਿਆ ਕਰਸੂ, ਵੇਖ ਲਈ, ਨਹੀਂ ਤੇ ਔਖੀ ਹੋਏਗੀ, ਬੁੱਢੜੀ ਆਖਦੀ ਰਹਿੰਦੀ। ਤੇ ਠੀਕ ਹੀ ਉਸਦੀ ਮਾਂ ਬੜੀ ਔਖੀ ਹੋਈ ਸੀ। ਅਮਰੀਕ ਦੇ ਬਾਲ ਮਨ ਤੇ ਉਹ ਰਾਤ ਉੱਕਰੀ ਹੋਈ ਸੀ, ਜਦੋਂ ਉਹ ਗੁਆਂਢੀਆਂ ਦੀ ਕੁੜੀ ਬੀਰੋ ਕੋਲ ਬਾਤਾਂ ਸੁਣ ਰਿਹਾ ਸੀ ਕਿ ਉਹਨਾਂ ਦੇ ਘਰ ਚੀਕ ਚਿਹਾੜਾ ਮੱਚ ਗਿਆ ਸੀ। ਬੀਰੋ ਬੁੜਕ ਕੇ ਮੰਜੇ ਤੋਂ ਉੱਠੀ ਤੇ ਉਹਦੇ ਪਿੱਛੇ ਹੀ ਅਮਰੀਕ ਦੌੜ ਗਿਆ। ਘਰ ਵਿੱਚ ਕੋਹਰਾਮ ਮੱਚਿਆ ਹੋਇਆ ਸੀ, ਨਿਆਣੇ ਰੋ ਰਹੇ ਸਨ ਅਤੇ ਕਰਤਾਰ ਸਿੰਘ ਹੱਥ ਵਿੱਚ ਕੱਪੜੇ ਧੋਣ ਵਾਲੀ ਥਾਪੀ ਲਈ ਵਹੁਟੀ ਨੂੰ ਕੁੱਟੀ ਜਾ ਰਿਹਾ ਸੀ। ਉਸ ਰੱਜ ਕੇ ਸ਼ਰਾਬ ਪੀਤੀ ਹੋਈ ਸੀ ਤੇ ਬਿਨਾਂ ਕੋਈ ਗੱਲ ਕੀਤਿਆਂ ਤੈਂ ਤੈਂ ਜੜੀ ਜਾ ਰਿਹਾ ਸੀ। ਆਂਢੀ ਗੁਆਂਢੀ ਇਕੱਠੇ ਹੋ ਗਏ, ਉਹਨਾਂ ਮਸਾਂ ਰੋਂਦੀ ਹੋਈ ਜਗੀਰ ਕੌਰ ਨੂੰ ਬਚਾਇਆ ਤੇ ਕਰਤਾਰ ਸਿੰਘ ਨੂੰ ਧੂ ਕੇ ਡੰਗਰਾਂ ਅੱਗੇ ਬਾਹਰ ਉਹਦੀ ਮੰਜੀ 'ਤੇ ਲੈ ਗਏ। ਰੋਂਦੀ ਹੋਈ ਜਗੀਰ ਕੌਰ ਕਹਿ ਰਹੀ ਸੀ, ਦੱਸੋ ਮੈਂ ਕੀ ਕਸੂਰ ਕੀਤਾ, ਮੈਂ ਇਹੋ ਆਖਿਆ ਵੀ ਜੱਟਾ ਉੱਤੋਂ 100 ਖਰਚ ਪਏ ਆ ਤੇ ਤੂੰ ਸ਼ਰਾਬਾਂ ਪੀਂਦਾ ਫਿਰਦਾ ਹੈ, ਜਦੋਂ ਪੁੱਗਦੀ ਸੀ ਪੀ ਲਈ, ਹੁਣ ਨਹੀਂ ਪੁੱਗਦੀ ਸਾਥੋਂ, ਨਾ ਆਹ ਵੇਖਿਆ ਨਾ ਉਹ ਵੇਖਿਆ, ਮੇਰੀਆਂ ਮੋਹਰਾਂ ਸੇਕਤੀਆਂ। ਕੋਈ ਨਹੀਂ ਹੌਸਲਾ ਕਰ, ਖਬਰੇ ਕੀ ਹੋ ਗਿਆ, ਸਿਆਣਾ ਬਿਆਣਾ ਸੀ, ਐਂ ਤਾਂ ਕਦੀ ਨਹੀਂ ਕੀਤਾ ਅੱਗੇ। ਕਹਿੰਦੀਆਂ ਕਹਿੰਦੀਆਂ ਜਨਾਨੀਆਂ ਤੁਰ ਗਈਆਂ। ਕਰਤਾਰ ਸਿੰਘ ਬਿਨਾਂ ਰੋਟੀ ਖਾਧਿਆਂ ਹੀ ਸੌਂ ਗਿਆ। ਭਾਂਡਾ ਟੀਂਡਾ ਸਾਂਭ ਕੇ ਕੁੜੀਆਂ ਨੂੰ ਲੰਮਿਆਂ ਪਾ ਕੇ ਜਗੀਰ ਕੌਰ ਦਿਖਾਵੇ 'ਚ ਜਗਦਾ ਦੀਵਾ ਬੁਝਾਉਣ ਲੱਗੀ ਤਾਂ ਉਹ ਨਿੰਮੋ ਝੂਣ ਚੌਂਕੇ 'ਚ ਬੈਠੇ ਅਮਰੀਕ ਨੂੰ ਉੱਠ ਕੇ ਮੰਜੇ 'ਤੇ ਪੈਣ ਲਈ ਕਿਹਾ। ਉਹ ਉੱਠਿਆ ਨਾ, ਜਗੀਰ ਕੌਰ ਨੇ ਉਸਨੂੰ ਬਾਹੋਂ ਫੜ ਕੇ ਉਠਾਇਆ। ਉੱਠ ਮੇਰਾ ਬੀਬਾ ਪੁੱਤ, ਤੂੰ ਕਿਉਂ? ਅਤੇ ਉਹ ਫਿੱਸ ਪਈ, ਉਸ ਡੂੰਘਾ ਹੌਂਕਾ ਭਰਿਆ। ਅੱਛਾ ਪੁੱਤ ਤੁਹਾਡੇ ਕਰਮ। ਅਤੇ ਫਿਰ ਜਿਵੇਂ ਉਸਦੇ ਚਿੱਥੀਏ ਹੋਠਾਂ ਵਿੱਚੋਂ ਇਹ ਗੱਲ ਜਿਵੇਂ ਬਾਹਰ ਆ ਹੀ ਗਈ, ਮੈਂ ਤਾਂ ਅਮਰੀਕ ਹਰੀਕੇ ਡੁੱਬ ਕੇ ਮਰ ਜਾਣਾ, ਜਦੋਂ ਲੱਭੀ ਨਾ ਤੂੰ ਦੱਸ ਦਈ। ਅਤੇ ਫਿਰ ਉਹ ਰੋਣ ਲੱਗ ਪਈ। ਮਾਂ ਨੇ ਉਸਨੂੰ ਘੁੱਟ ਕੇ ਗਲ ਨਾ ਲਾ ਲਿਆ ਅਤੇ ਫਿਰ ਦੋਵੇਂ ਦੀਵਾ ਬੁਝਾ ਕੇ ਲੇਟ ਗਏ। ਦੋਵਾਂ ਨੂੰ ਨੀਂਦ ਨਹੀਂ ਸੀ ਪੈ ਰਹੀ। ਕਦੀ ਕਦੀ ਮਾਂ ਦੇ ਮੂੰਹੋਂ ਵਾਹਿਗੁਰੂ ਵਾਹਿਗੁਰੂ ਕਹਿੰਦਾ ਲੰਮਾ ਹੌਂਕਾ ਹਵਾ ਵਿੱਚ ਰਲ ਜਾਂਦਾ। ਅਮਰੀਕ ਦੇ ਮਨ ਵਿੱਚ ਵਾਰ ਵਾਰ ਮਾਂ ਦੇ ਕਹੇ ਹੋਏ ਸ਼ਬਦ ਗੂੰਜ ਰਹੇ ਸਨ, ਮੈਂ ਤਾਂ ਅਮਰੀਕ ਹਰੀਕੇ ਡੁੱਬ ਕੇ ਮਰ ਜਾਣਾ। ਉਸਨੇ ਹਰੀਕੇ ਦਰਿਆ ਵੇਖਿਆ ਤਾਂ ਨਹੀਂ ਸੀ, ਪਰ ਅੱਖਾਂ ਹੀ ਅੱਖਾਂ ਵਿੱਚ ਉਹ ਆਪਣੀ ਮਾਂ ਨੂੰ ਡੂੰਘੇ ਪਾਣੀ ਵਿੱਚ ਗੋਤੇ ਖਾਂਦੀ ਅਤੇ ਫੁੱਲੀ ਹੋਈ ਵੇਖ ਰਿਹਾ ਸੀ। ਫਿਰ ਉਹ ਆਪਣੇ ਪਿਓ 'ਤੇ ਹੈਰਾਨ ਹੋ ਰਿਹਾ ਸੀ। ਅੱਜ ਵਾਂਗ ਉਸਨੇ ਕਦੀ ਵੀ ਨਹੀਂ ਸੀ ਪੀਤੀ, ਉਹ ਤਾਂ ਕਦੀ ਵੀ ਉਸਦੀ ਮਾਂ ਨੂੰ ਨਹੀਂ ਸੀ ਕੁੱਟਿਆ। ਅਤੇ ਫਿਰ ਜਿਵੇਂ ਉਸਨੂੰ ਸਮਝ ਪਈ, ਉਹਦੀ ਭੂਆ ਦੀਆਂ ਦੋਹਾਂ ਕੁੜੀਆਂ ਦਾ ਇਕੱਠਾ ਵਿਆਹ ਸੀ ਅਤੇ ਉਹ ਆਪਣੇ ਇਕੱਲੇ ਭਰਾ ਨੂੰ ਬਣ ਠਣ ਕੇ ਆਉਣ ਲਈ ਕਿਹਾ। ਵਾਹੀਆਂ ਵਿੱਚੋਂ ਬਚਦਾ ਹੀ ਕੀ ਸੀ? ਜਿਸ ਦਿਨ ਦਾ ਖਤ ਆਇਆ ਸੀ ਕਰਤਾਰ ਸਿੰਘ ਖਿਝਿਆ ਖਿਝਿਆ ਰਹਿੰਦਾ ਸੀ, ਪੈਸਿਆਂ ਦਾ ਪ੍ਰਬੰਧ ਕਿੱਥੋਂ ਹੋਵੇ? ਉਹਨੇ ਸ਼ਾਹਾਂ ਤੋਂ ਪੁੱਛਿਆ, ਪਰ ਇੰਨਾ ਜ਼ਿਆਦਾ ਵਿਆਜ, ਉਹ ਇੱਕੋ ਭੈਣ ਦਾ ਇੱਕੋ ਭਰਾ ਸੀ। ਭੈਣ ਨੇ ਲਿਖਿਆ ਸੀ, ਉਸ ਕਿਹੜਾ ਰੋਜ਼ ਰੋਜ਼ ਕੁੜੀਆਂ ਵਿਆਹੁਣੀਆਂ ਹਨ, ਕਰਤਾਰ ਉਹਦੇ ਪਿਓ ਦੀ ਥਾਂ ਵੀ ਹੈ ਅਤੇ ਭਰਾ ਦੀ ਵੀ। ਅਤੇ ਕਰਤਾਰ ਸਿੰਘ ਜਗੀਰ ਕੌਰ ਨੂੰ ਆਪਣੀਆਂ ਟੂਮਾਂ ਦੇਣ ਲਈ ਕਹਿ ਰਿਹਾ ਸੀ। ਉਹ ਲੋਡੇ ਵੇਲੇ ਦਾ ਸਮਝਾ ਥੱਕਿਆ ਸੀ, ਪਰ ਉਹ ਕਹਿੰਦੀ ਸੀ, ਮੇਰਾ ਅੱਗੇ ਕੀ ਰਹਿ ਗਿਆ, ਸਾਰਾ ਗਹਿਣਾ ਘਰੇ ਹੀ ਖਾਧਾ ਗਿਆ, ਹੁਣ ਇਹ ਵੀ। ਅਤੇ ਅਮਰੀਕ ਨੂੰ ਸਮਝ ਨਹੀਂ ਸੀ ਆ ਰਹੀ ਕਿ ਮਾਂ ਨੇ ਗਹਿਣੇ ਨਾ ਦੇ ਕੇ ਮਾੜੀ ਕੀਤੀ ਸੀ ਜਾਂ ਪਿਓ ਗਹਿਣੇ ਮੰਗ ਕੇ ਮਾੜੀ ਕਰ ਰਿਹਾ ਸੀ। ਅਤੇ ਇਸੇ ਉਧੇੜਪੁਣ ਵਿੱਚ ਉਸਦੀ ਅੱਖ ਲੱਗ ਗਈ। ਭੂਆ ਦੀਆਂ ਕੁੜੀਆਂ ਦੇ ਵਿਆਹ ਨਜਿੱਠੇ ਗਏ ਸਨ, ਦਸਾਂ ਵਿੱਚੋਂ 2 ਕਿੱਲੇ ਗਹਿਣੇ ਧਰ ਦਿੱਤੇ ਗਏ ਸਨ, ਪਰ ਕਰਤਾਰ ਸਿੰਘ ਦੀ ਸ਼ਰਾਬ ਵੱਧ ਗਈ ਸੀ। ਪੀਣਾ ਤਾਂ ਜਿਵੇਂ ਉਸਦਾ ਨੇਮ ਬਣ ਗਿਆ ਸੀ। ਉਹ ਸ਼ਰਾਬ ਨਾਲ ਗੁੱਟ ਹੋ ਕੇ ਘਰ ਆਉਂਦਾ, ਫਿਰ ਉਸ ਅਫੀਮ ਖਾਣੀ ਸ਼ੁਰੂ ਕਰ ਦਿੱਤੀ। ਹੌਲੀ ਹੌਲੀ ਉਹ ਆਦਤ ਦਾ ਗੁਲਾਮ ਹੁੰਦਾ ਗਿਆ। ਘਰਦਿਆਂ ਅਤੇ ਰਿਸ਼ਤੇਦਾਰਾਂ ਨੇ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਕਿ ਛੱਡ ਦੇਵੇ, ਪਰ ਅਮਲ ਤਾਂ ਜਿਵੇਂ ਉਹਦੇ ਹੱਡਾਂ ਵਿੱਚ ਹੀ ਰਚ ਗਿਆ ਸੀ। ਅਮਰੀਕ ਦੇ ਵਹਿੰਦਿਆਂ ਵਹਿੰਦਿਆਂ ਕੁਝ ਸਾਲਾਂ ਵਿੱਚ ਉਸਦਾ ਪਿਓ ਬੁੱਢਾ ਹੋ ਗਿਆ ਸੀ।
ਘਰ ਵਿੱਚ ਹਰ ਵੇਲੇ ਖਿੱਝ, ਗੁੱਸੇ ਅਤੇ ਤਣਾਅ ਦਾ ਮਾਹੌਲ ਬਣਿਆ ਰਹਿੰਦਾ। ਇੰਝ ਹੌਲੀ ਹੌਲੀ ਕਰਜ਼ਾ ਉਹਨਾਂ ਦੇ ਸਿਰ ਚੜ੍ਹਦਾ ਗਿਆ। ਜਗੀਰ ਕੌਰ ਚਾਹੁੰਦਿਆਂ ਵੀ ਦਰਿਆ ਜਾਂ ਖੂਹ ਵਿੱਚ ਡੁੱਬ ਕੇ ਨਹੀਂ ਸੀ ਮਰ ਸਕੀ। ਹੁਣ ਉਹ ਘਰ ਵਿੱਚ ਹੀ ਹਰ ਘੜੀ ਗੋਤੇ ਖਾਂਦੀ, ਡੁੱਬਦੀ ਮਰਦੀ ਰਹਿੰਦੀ। ਕਰਤਾਰ ਸਿੰਘ ਦਾ ਪਿੰਡ ਵਿੱਚ ਪਹਿਲਾਂ ਵਾਲਾ ਮਾਣ ਇੱਜ਼ਤ ਨਹੀਂ ਸੀ ਰਹਿ ਗਈ। ਹੌਲੀ ਹੌਲੀ ਅਤਿ ਚੰਗਾ ਲੱਗਣ ਵਾਲਾ ਪਿਓ ਅਮਰੀਕ ਦੀਆਂ ਨਜ਼ਰਾਂ 'ਚੋਂ ਗਿਰ ਗਿਆ ਅਤੇ ਉਹ ਆਪਸ ਵਿੱਚ ਤਣੇ ਤਣੇ ਰਹਿੰਦੇ। ਰਤਾ ਕੁ ਰਗੜ ਲੱਗਣ 'ਤੇ ਉਹਨਾਂ ਵਿਚਲਾ ਬਰੂਦ ਜਿਵੇਂ ਫਟ ਜਾਣ ਲਈ ਕਾਹਲਾ ਰਹਿੰਦਾ, ਅਤੇ ਇਹ ਬਰੂਦ ਉਸ ਦਿਨ ਫਾਟੀ ਗਿਆ ਜਦੋਂ ਵੱਡੀ ਕੁੜੀ ਬੰਸੋ ਦਾ ਸਾਕ ਅਗਲਿਆਂ ਨੇ ਇਸ ਲਈ ਛੱਡ ਦਿੱਤਾ ਕਿ ਕੁੜੀ ਦਾ ਪਿਓ ਅਮਲੀ ਹੈ, ਉਹਨਾਂ ਘਰ ਤਾਂ ਭੰਗ ਪੁੱਜਦੀ ਹੈ। ਅਮਰੀਕ ਇਸ ਗੱਲ ਤੋਂ ਖਿੱਝ ਕੇ ਝਗੜਿਆ ਸੀ ਤਾਂ ਕਰਤਾਰ ਸਿੰਘ ਨੇ ਅੱਗੋਂ ਜਵਾਬ ਦਿੱਤਾ, ਮੈਂ ਆਪਦੇ ਪਿਓ ਦੀ ਜਾਇਦਾਦ ਖਾਂਦਾ ਵੇ, ਮੈਂ ਨਹੀਂ ਕਿਸੇ ਕੰਜਰ ਦੇ ਆਖਿਆ ਹਟਣਾ, ਤੂੰ ਮੈਨੂੰ ਦਿੰਦਾ ਕੀ ਹੈ, ਕਦੀ ਟਕਾ ਵੀ ਮੇਰੇ ਹੱਥ 'ਤੇ ਧਰਿਆ ਹੀ, ਬਣਿਆ ਫਿਰਦਾ ਵੱਡਾ ਦਿਨਾ। ਅਤੇ ਅਮਰੀਕ ਸਿੰਘ ਚੁੱਪ ਕਰ ਗਿਆ ਸੀ। ਭਾਵੇਂ ਉਹ ਆਪਣੀ ਅੱਧੀ ਤਨਖਾਹ ਘਰ ਦਿੰਦਾ ਸੀ, ਉਹ ਘਰ ਵਿੱਚ ਵੀ ਵਰਤੀਂਦੀ ਸੀ, ਪਰ ਕਰਤਾਰ ਸਿੰਘ ਨੂੰ ਇਸ ਗੱਲ ਦਾ ਵੀ ਇਤਰਾਜ਼ ਸੀ ਕਿ ਤਨਖਾਹ ਉਹ ਆਪਣੀ ਮਾਂ ਦੇ ਹੱਥ 'ਤੇ ਧਰਦਾ ਸੀ, ਉਸ ਨੂੰ ਕਿਉਂ ਨਹੀਂ ਸੀ ਦਿੰਦਾ। ਇਸ ਲਈ ਉਸਦੇ ਉੱਤੇ ਇਸ ਦਾ ਕੋਈ ਹਸਾਨ ਮੁਰੰਮਤ ਨਹੀਂ ਸੀ। ਮੰਜੀ 'ਤੇ ਹੱਡੀਆਂ ਦੀ ਮੁੱਠ ਬਣੀ ਬੁੱਢੜੀ ਦਾਦੀ ਨੇ ਕੀਰਨੇ ਪਾਉਣੇ ਸ਼ੁਰੂ ਕਰ ਦਿੱਤੇ। ਦੂਜੀਆਂ ਮੰਜੀਆਂ ਤੋਂ ਕੁੜੀਆਂ ਨੇ ਸਿਸਕਣਾ ਸ਼ੁਰੂ ਕਰ ਦਿੱਤਾ, ਹੈ ਕਮਲੀਆਂ ਤੁਸੀਂ ਕਿਉਂ ਰੋਂਦੀਆਂ ਜੇ, ਤੁਹਾਡਾ ਵੀਰ ਜਿਉਂਦਾ ਰਹਿਣ, ਤੁਹਾਨੂੰ ਕਿਸ ਗੱਲ ਦਾ ਘਾਟਾ। ਜਗੀਰ ਕੌਰ ਨੇ ਰੋਂਦੀਆਂ ਕੁੜੀਆਂ ਨੂੰ ਕਿਹਾ, ਇਹਨਾਂ ਦੀ ਸੁੱਖ ਮੰਗੋ, ਤੁਹਾਨੂੰ ਦੋਵਾਂ ਨੂੰ ਤੇ ਉਹ ਵਿਆਹ ਗਿਆ, ਆ ਜਿਹੜੀ ਨਿੱਕੀ ਅਜੇ ਰਹਿੰਦੀ ਹੈ ਅਤੇ ਆ ਫੂਹ ਭਰ ਮੁੰਡਾ ਜਿਹਦੇ ਵਰਗਿਆਂ ਨੂੰ ਅਜੇ ਪਤਾ ਹੀ ਨਹੀਂ ਸੌਂ ਕੇ ਦਿਨ ਕਦੋਂ ਚੜ੍ਹਦਾ, ਵਿਚਾਰਾ ਉਦਣ ਦਾ ਹਲਾ ਮਗਰ ਖੁੱਚਾਂ ਤੜਾਉਂਦਾ। ਅਤੇ ਉਹਨਾਂ ਨੂੰ ਹੌਂਸਲਾ ਦਿੰਦੀ ਉਹ ਆਪ ਫਿੱਸ ਪਈ, ਨਾ ਬੀਬੀ ਸਾਨੂੰ ਆਇਆਂ ਨੂੰ ਸਿਰ 'ਤੇ ਪਿਆਰ ਦੇ ਕੇ ਕੌਣ ਗੱਲ ਲਾਇਆ ਕਰੂ, ਹਾਏ ਸਾਡੀਆਂ ਰੀਝਾਂ ਕੌਣ ਪੂਰੀਆਂ ਕਰੂ। ਵੱਡੀ ਕੁੜੀ ਦੀ ਲੇਰ ਨਿਕਲ ਗਈ। ਅਮਰੀਕ ਗੁੰਮਸੁੰਮ ਹੋਇਆ ਬੈਠਾ ਰਿਹਾ। ਉਹਦਾ ਜੀ ਕੀਤਾ ਉਹਨੂੰ ਚੁੱਪ ਕਰਾਵੇ, ਪਰ ਉਸ ਮਹਿਸੂਸ ਕੀਤਾ ਕਿ ਜੇ ਉਹ ਬੋਲਿਆ ਤਾਂ ਉਸਦਾ ਵੀ ਰੋਣ ਨਿਕਲ ਜਾਵੇਗਾ। ਇਹ ਕੀ ਵਕਤ ਪਾ ਗਿਆ ਸੀ ਉਹਦਾ ਪਿਓ, ਇਮਾਰਤ ਹੇਠੋਂ ਜਿਵੇਂ ਵੱਡਾ ਥੰਮ ਖਿਸਕ ਗਿਆ ਹੋਵੇ ਅਤੇ ਸਾਰੀ ਇਮਾਰਤ ਡੋਲ ਰਹੀ ਹੋਵੇ। ਉਹ ਨਿਤਾਣਾ ਜਿਹਾ ਹੋ ਕੇ ਫਿਰ ਲੇਟ ਗਿਆ, ਧਿਆਨ ਪਾਸੇ ਪਾ ਫਿਰ ਲੇਟ ਗਿਆ। ਉਸ ਦੀਆਂ ਅੱਖਾਂ ਅੱਗੇ ਕਰਤਾਰ ਸਿੰਘ ਦੀ ਤਸਵੀਰ ਫਿਰ ਆ ਰਹੀ ਸੀ। ਉਸ ਸਿਰ ਝਟਕਿਆ, ਪਾਸਾ ਬਦਲਿਆ ਅਤੇ ਅੱਜ ਭੋਗ ਸਮੇਂ ਗੁਰਦੁਆਰੇ ਦੇ ਅਨਪੜ੍ਹ ਗ੍ਰੰਥੀ ਵੱਲੋਂ ਪੜ੍ਹੇ ਸ਼ਬਦ ਬਾਰੇ ਸੋਚਦਾ ਇੱਕ ਪਾਲੇ ਮੁਸਕਰਾਇਆ, ਜੋ ਦਾਣਾ ਬੀਨਾ ਸਾਈ ਮੈਂਡਾ ਨੂੰ ਦਾਣਾ ਬੀਂਡਾ ਸਾਈ ਮੈਂਡਾ ਹੀ ਆਖੀ ਜਾ ਰਿਹਾ ਸੀ। ਸਾਰੇ ਬੈਠੇ ਲੋਕ ਉਹਦੇ ਸ਼ਬਦ ਅਤੇ ਅਮਰੀਕ ਦੀ ਗੱਲ ਸੁਣ ਕੇ ਹੱਸ ਪਏ। ਬਾਬਾ ਤੂੰ ਮੇਰੇ ਪਿਓ ਨੂੰ ਤਾਂ ਜਿਹੜਾ ਸੁਰਗਾਂ 'ਚ ਪਹੁੰਚਾਉਣਾ ਉਹ ਤਾਂ ਅੱਡ ਰਿਹਾ, ਤੂੰ ਆਪਣੇ ਲਈ ਨਰਕ ਦੇ ਬਾਣ ਨੂੰ ਜ਼ਰੂਰ ਬੰਨ੍ਹਦਾ ਪਿਆ। ਪਰ ਇਹ ਮੁਸਕਰਾਹਟ ਬਹੁਤੀ ਦੇਰ ਕਾਇਮ ਨਾ ਰਹੀ ਅਤੇ ਪਰਿਵਾਰ ਦੇ ਸਾਰੇ ਜੀ ਵਾਰ ਵਾਰ ਉਹਦੀਆਂ ਨਜ਼ਰਾਂ ਅੱਗੋਂ ਗੁਜ਼ਰਨ ਲੱਗੇ, ਜਿਨ੍ਹਾਂ ਦੀ ਜ਼ਿੰਮੇਵਾਰੀ ਉਹਦੇ ਸਿਰ ਸੀ। ਉਸਨੇ ਹੁਣ ਤੋਂ ਭੈਣਾਂ ਨਾਲ ਭਰਾ ਅਤੇ ਪਿਓ ਦੀ ਥਾਂ ਵਰਤਣਾ ਸੀ। ਛੋਟੀ ਨੂੰ ਜੋ ਅਜੇ ਪੜ੍ਹਦੀ ਸੀ ਪੜ੍ਹਾਉਣਾ ਸੀ, ਵਿਆਹੁਣਾ ਸੀ, ਮਾਂ ਦੇ ਹਰ ਦੁੱਖ ਸੁੱਖ ਦਾ ਖਿਆਲ ਰੱਖਣਾ ਸੀ ਅਤੇ ਇਹ ਖਿਆਲ ਰੱਖਦਿਆਂ ਹੋਇਆਂ ਵੀ ਬੜੀ ਇਹਤਿਆਤ ਤੋਂ ਕੰਮ ਲੈਣਾ ਸੀ। ਭੈਣਾਂ ਦੇ ਕਿਸੇ ਕਾਰਜ 'ਤੇ ਨਾ ਗਿਆ, ਛੋਟਿਆਂ ਨਾਲ ਕੋਈ ਵੱਧ ਘੱਟ ਹੋ ਗਈ ਤਾਂ ਉਹਨਾਂ ਆਖਣਾ ਹੀ ਸੀ, ਸਗੋਂ ਲੋਕਾਂ ਵੀ ਆਖਣਾ ਕਿ ਵੱਡਾ ਭਰਾ ਹੀ ਹੈ ਨਾ, ਕਿਤੇ ਪਿਓ ਜਾਂਦਾ ਹੁੰਦਾ ਇਸ ਤਰ੍ਹਾਂ ਨਹੀਂ ਸੀ ਹੁੰਦੀ। ਅਤੇ ਮਾਂ ਨੂੰ ਮਹਿਸੂਸ ਨਹੀਂ ਸੀ ਹੋਣ ਦੇਣਾ, ਨਹੀਂ ਤਾਂ ਉਸਨੂੰ ਜਨਾਨੀਆਂ ਦੀਆਂ ਕੀਤੀਆਂ ਗੱਲਾਂ ਵਾਰ ਵਾਰ ਯਾਦ ਆਉਣੀਆਂ ਸਨ। ਪਰ ਇਸੇ ਸਾਰੇ ਕੁਝ ਲਈ ਪੈਸੇ ਦੀ ਲੋੜ ਸੀ। ਅਮਰੀਕ ਸੋਚਦਾ ਸੀ ਕਿ ਉਹ ਆਪ ਵਾਹੀ ਵੱਲ ਧਿਆਨ ਦੇਵੇਗਾ ਅਤੇ ਸਾਰੀਆਂ ਲੋੜਾਂ ਪੂਰੀਆਂ ਹੋਣਗੀਆਂ। 2-2.5 ਕਿੱਲੇ ਹੋਰ ਕੁੜੀਆਂ ਦੇ ਵਿਆਹ 'ਤੇ ਉਸਦੇ ਪਿਓ ਨੇ ਗਹਿਣੇ ਕਰ ਦਿੱਤੇ ਸਨ। ਉਸਦਾ ਖਿਆਲ ਸੀ ਬਚਦੇ 5-6 ਕਿੱਲਿਆਂ 'ਚ ਜੇ ਉਹ ਖਾਦ ਆਦਿ ਪਾ ਕੇ ਫਸਲ ਬੀਜਿਆ ਕਰਨਗੇ ਤਾਂ ਘਰ ਦਾ ਗੁਜ਼ਾਰਾ ਤੁਰ ਪਏਗਾ। ਹੁਣ ਉਹ ਸਾਰੀ ਤਨਖਾਹ ਆਪਣੇ ਹੱਥੀਂ ਵਰਤਿਆ ਕਰੂ। ਅੱਗੇ ਤਾਂ ਸਾਰੀ ਤਨਖਾਹ ਖੇਰੂੰ ਖੇਰੂੰ ਹੋ ਜਾਂਦੀ ਸੀ। ਉਸ ਨੂੰ ਆਸ ਸੀ ਕਿ ਜੇ ਮਹਿੰਦਰ ਵਾਹੀ ਵਿੱਚ ਚੰਗੀ ਤਰ੍ਹਾਂ ਧਿਆਨ ਦੇ ਤਾਂ ਹੌਲੀ ਹੌਲੀ ਉਹ ਆਪਣੀ ਜ਼ਮੀਨ ਵੀ ਛੁਡਾ ਲੈਣਗੇ। ਸਵੇਰੇ ਉਸਨੇ ਨੌਕਰੀ 'ਤੇ ਤੁਰ ਜਾਣਾ ਸੀ, ਇਸ ਲਈ ਉਸਨੇ ਛੋਟੇ ਭਰਾ ਮਹਿੰਦਰ ਨਾਲ ਵਾਹੀ ਬਾਰੇ ਗੱਲ ਤੋਰ ਲਈ। ਮਹਿੰਦਰਾ ਤਕੜਾ ਹੋ ਕੇ ਪੈ ਜਾ ਕੰਮ ਨੂੰ, ਹੁਣ
ਮੈਂ ਵੀ ਹਫ਼ਤੇ ਦਸੀਂ ਦਿਨੀ ਗੇੜਾ ਮਾਰ ਜਾਇਆ ਕਰੂੰ। ਉਹ ਜਿਹੜੀ ਜੀਤੇ ਹੋਰਾਂ ਕੋਲ ਪੈਲੀ ਗਹਿਣੇ ਆ ਨਾ, ਉਸ ਲਾਈਨ ਵਾਲੇ ਪਛਦੇ ਕਿੱਲੇ 'ਚ ਪੱਠੇ ਵੇਛੜੀ ਵਾਹ ਕੇ ਮੈਂ ਪਰਸੋਂ ਵੇਖ ਆਇਆ, ਉਰਲੀ ਪੈਲੀ 'ਚ ਝੋਨਾ ਲਾਵਾਂਗੇ, ਠੀਕ ਹੈ ਨਾ? ਮਹਿੰਦਰ ਚੁੱਪ ਰਿਹਾ, ਆਕਾਸ਼ ਵਿੱਚ ਤਾਰਿਆਂ ਨੂੰ ਘੂਰਦਾ ਰਿਹਾ ਅਤੇ ਫਿਰ ਪਾਸਾ ਬਦਲ ਕੇ ਲੰਮਾ ਪੈ ਗਿਆ, ਜਿਵੇਂ ਉਹ ਜਾਣ ਬੁੱਝ ਕੇ ਕੁਝ ਬੋਲਣਾ ਨਾ ਚਾਹੁੰਦਾ ਹੋਵੇ। ਅਮਰੀਕ ਫਿਰ ਬੋਲਿਆ ਤਾਂ ਜਗੀਰ ਕੌਰ ਨੇ ਕਿਹਾ, ਉਹ ਪੌਣਾ ਕਿੱਲਾ ਤਾਂ ਪਿਛਲੇ ਸਾਲ ਦਾ ਗਹਿਣੇ ਕਰ ਦਿੱਤਾ ਹੋਇਆ। ਕਿਹੜਾ? ਉਤਲਾ? ਆਹੋ। ਕਿਉਂ? ਆ ਤੇਰੀ ਭੈਣ ਦੀ ਸੱਸ ਦੇ ਇਕੱਠ ਤੇ ਜਦੋਂ ਗਏ ਸਾਂ ਉਦੋਂ, ਮਾਂ ਤੱਪੀ ਆਵਾਜ਼ ਵਿੱਚ ਬੋਲੀ। ਅਮਰੀਕ ਨੇ ਸੋਚਿਆ, ਹੁਣ ਖਿਝਣ ਦਾ ਕੀ ਫਾਇਦਾ, ਪਹਿਲਾਂ ਆਪ ਘਰ ਵੱਲ ਧਿਆਨ ਦਿੰਦਾ ਤਾਂ ਸ਼ਾਇਦ ਜ਼ਮੀਨ ਗਹਿਣੇ ਨਾ ਪੈਂਦੀ। ਉਹ ਇਸ ਨੂੰ ਹੁਣ ਹੀ ਸਮਝ ਕੇ ਪੀ ਗਿਆ। ਤੇ ਪਿੱਛੇ ਪੈਲੀ ਕਿਹੜੀ ਰਹਿ ਗਈ ਫਿਰ? ਉਸਨੇ ਜਿਵੇਂ ਖਲਾ ਨੂੰ ਪੁੱਛਿਆ ਹੋਵੇ, ਕੋਈ ਜਵਾਬ ਨਾ ਆਇਆ। ਉਧਰੋਂ ਖਾਦ ਦੇ ਪੈਸੇ ਦੇਣੇ ਆ, ਪਤਾ ਨਹੀਂ ਖਾਦ ਪਾਉਂਦੇ ਰਹੇ ਜੇ, ਫਸਲ ਤਾਂ ਕਦੇ ਖਾਣ ਜੋਗੀ ਆਈ ਨਹੀਂ। ਉਹ ਆਪ ਹੀ ਬੁੜਬੁੜ ਕਰਕੇ ਚੁੱਪ ਕਰ ਗਿਆ। ਖਾਦ ਤਾਂ ਅੱਗੇ ਨਕਦ ਵੇਚ ਕੇ ਪੈਸੇ ਵੱਟ ਕੇ ਵਰਤ ਲਏ ਸਨ, ਖੇਤਾਂ 'ਚ ਕਿੱਥੇ ਪਾਈ ਸੀ? ਮਹਿੰਦਰ ਪਹਿਲੀ ਵਾਰ ਬੋਲਿਆ। ਉਹਦੀ ਆਵਾਜ਼ ਵਿੱਚ ਪਤਾ ਨਹੀਂ ਸੀ ਲੱਗਿਆ ਨਿਰਲੇਪਤਾ ਸੀ ਜਾਂ ਕੁੜੱਤਣ। ਅਮਰੀਕ ਨੂੰ ਇਹ ਸੁਣ ਕੇ ਅੰਦਰੋਂ ਵੱਟ ਚੜਿਆ। ਮੈਂ ਨਾ, ਤੁਸੀਂ ਇੰਨੇ ਪੈਸੇ ਵਰਤਦੇ ਕਿੱਥੇ ਰਹੇ? ਮਾਤਾ ਤੂੰ ਸਭ ਕੁਝ ਸਾਥੋਂ ਲੁਕਾਉਂਦੀ ਰਹੀ। ਉਸਦੀ ਆਵਾਜ਼ ਵਿੱਚ ਮਾਂ ਪ੍ਰਤੀ ਦਪਮਾ ਗੁੱਸਾ ਸੀ। ਮੈਂ ਵੀਰਾ ਕੀ ਲੁਕਾਉਂਦੀ ਰਹੀ ਹਾਂ, ਤੂੰ ਤਾਂ ਘਰ ਦਾ ਖਹਿੜਾ ਹੀ ਛੱਡਿਆ ਹੋਇਆ ਸੀ। ਉਹ ਮਨ ਮਰਜ਼ੀ ਕਰਦਾ ਸੀ, ਉਹਦੇ ਅਮਲ ਦਾ ਇੰਨਾ ਖਰਚਾ ਘਰੋਂ ਹੀ ਤਾਂ ਹੁੰਦਾ ਸੀ, ਤੂੰ ਅਣਜਾਣ ਤਾਂ ਨਾ ਬਣ। ਉਹ ਦੰਦ ਕੁੱਟੀ ਲੰਮਾ ਪਿਆਰਿਆ, ਇੰਨਾ ਪੈਸਾ ਉਹ ਕਿਵੇਂ ਉਤਾਰੇਗਾ, ਵਾਹੀ ਕਿਵੇਂ ਤੁਰੇਗਾ? ਝੋਨੇ ਲਈ ਖਾਦ ਵੀ ਤਾਂ ਚਾਹੀਦੀ ਸੀ, ਮੱਖਣ ਸੂੰ ਵੀ ਇੱਕ ਪਰਨੋਟ ਲਈ ਫਿਰਦਾ ਜੇ। ਮੈਨੂੰ ਵਿਖਾਉਂਦਾ ਸੀ ਭਾਈਏ ਨੇ, ਉਸ ਤੋਂ ਵੀ 500 ਰੁਪਇਆ ਵਿਆਜੀ ਫੜਿਆ ਹੋਇਆ ਜੇ। ਮੈਨੂੰ ਆਉਂਦਾ ਸੀ ਤੇਰੇ ਭਰਾ ਨਾਲ 17ਵੀਂ ਤੋਂ ਪਿੱਛੋਂ ਹੀ ਗੱਲ ਕਰੂੰ। ਮਹਿੰਦਰ ਨੇ ਇੱਕ ਹੋਰ ਭੇਦ ਇਸ ਤਰ੍ਹਾਂ ਖੋਲ੍ਹਿਆ ਜਿਵੇਂ ਮੱਥੇ ਵਿੱਚ ਪਟੱਕ ਕਰਕੇ ਮਾਰੀ ਦਾ ਹੈ। ਲਓ ਹੋਰ ਸੁਣ ਲਓ, ਮੈਂ ਨਾ ਸਭ ਪਾਸੇ ਦੇਣਾ ਹੀ ਦੇਣਾ। ਅਮਰੀਕ ਉੱਠ ਕੇ ਬਹਿ ਗਿਆ, ਪਹਿਲਾਂ ਤਾਂ ਗੁੱਸੇ ਵਿੱਚ ਭਰ ਗਿਆ, ਪਰ ਫਿਰ ਹੌਲੀ ਹੌਲੀ ਉਹਦੇ ਮੱਥੇ ਦੀਆਂ ਕਸੀਆਂ ਹੋਈਆਂ ਨਾੜਾਂ ਢਿੱਲੀਆਂ ਪੈ ਗਈਆਂ। ਉਹ ਸੋਚਿਆ ਇਹ ਸਭ ਕੁਝ ਨੂੰ ਪ੍ਰਵਾਨ ਕਰਨਾ ਹੀ ਪੈਣਾ, ਤੇ ਫਿਰ ਉਹ ਫਿੱਕਾ ਜਿਹਾ ਹੱਸ ਕੇ ਬੋਲਿਆ, ਉਹ ਬਾਬਾ ਇੱਕ ਵਾਰ ਦੱਸ ਦਿਓ ਕਿਹਦਾ ਕਿਹਦਾ ਕੀ ਕੀ ਦੇਣਾ, ਹੌਲੀ ਹੌਲੀ ਕਿਉਂ ਲੱਗਿਓ? ਤੇ ਫਿਰ ਉਹ ਆਪ ਹੀ ਬੋਲਿਆ, ਨਾਲੇ ਘਰ ਗੁਆਇਆ ਨਾਲੇ ਭੜੂਆ ਖਵਾਇਆ, ਲੋਕੀ 100-100 ਗੱਲਾਂ ਕਰਦੇ ਨੇ। ਧਰਮ ਨਾਲ ਜੀ ਕਰਦਾ ਧਰਤੀ 'ਚ ਨਿੱਘਰ ਜੀਏ ਜਦੋਂ ਸੁਣੀਦਾ ਕਿ ਪੀ ਕੇ ਉਸ ਮੋੜ 'ਤੇ ਪਿਆ ਸੀ, ਕਦੀ ਉਸ ਮੋੜ 'ਤੇ ਪਿਆ ਸੀ। ਨਮੋਸ਼ੀ ਦੀ ਗੱਲ ਸੁਣਦਿਆਂ ਹੀ ਵੱਡੀ ਕੁੜੀ ਬੋਲੀ, ਸੱਚੀ ਭਾਅ ਜੀ ਅਸੀਂ ਤਾਂ ਤੁਹਾਨੂੰ ਡਰਦੇ ਦੱਸਦੇ ਨਹੀਂ ਸਾਂ, ਉਦੋਂ ਭਾਈਆ ਤੇ ਹੁਣ ਸੱਚੀ ਪੁੱਠੇ ਕੰਮੀ ਤੁਰ ਪਿਆ ਸੀ। 2-3 ਮਹੀਨੇ ਹੋਏ ਘਰੋਂ ਪਤੀਲਾ ਚੁੱਕ ਕੇ ਚੈਂਚਲ ਕਲੀ ਵਾਲੇ ਕੋਲ ਵੇਚ ਦਿੱਤਾ, ਅਸੀਂ ਲੱਭਦੇ ਫਿਰੀਏ, ਪਿੱਛੋਂ ਪਤਾ ਲੱਗਾ, ਫਿਰ ਚੈਂਚਲ ਤੋਂ ਮੋੜ ਕੇ ਲਿਆਂਦਾ ਪੈਸੇ ਦੇ ਕੇ। ਅਮਰੀਕ ਨੂੰ ਇੱਕ ਧੱਕਾ ਜਿਹਾ ਲੱਗਿਆ, ਉਹ ਸੋਚਿਆ ਕਿ ਜੇ ਕਿਧਰੇ ਉਸਨੂੰ ਇਹਨਾਂ ਗੱਲਾਂ ਦਾ ਪਤਾ ਲੱਗ ਜਾਂਦਾ ਤਾਂ ਉਹ ਕੀ ਮੂੰਹ ਦਿੰਦਾ। ਹੋ ਸਕਦਾ ਸੀ ਉਸਦਾ ਪਿਓ ਘਰ ਤੋਂ ਪਿੱਛੋਂ ਲੋਕਾਂ ਦੇ ਭਾਂਡੇ ਵੀ ਚੱਕਣੇ ਸ਼ੁਰੂ ਕਰ ਦਿੰਦਾ। ਤੇ ਇਹ ਸਭ ਕੁਝ ਸੋਚਦਿਆਂ ਉਹ ਜਿਵੇਂ ਨਮੋਸ਼ੀ ਵਿੱਚ ਗਰਕ ਹੁੰਦਾ ਜਾ ਰਿਹਾ ਸੀ। ਸਰਦਾਰ ਜੀ ਤੁਸੀਂ ਛੱਡੋ ਉਹਦੀਆਂ ਗੱਲਾਂ, ਉਹ ਤਾਂ ਚੈਂਚਲ ਦੀ ਹੱਟੀ 'ਚ ਵੜ ਕੇ ਕਈ ਵਾਰ ਨਸਵਾਰ ਵੀ ਲੈ ਲੈਂਦਾ ਸੀ, ਤੇ ਹੁਣ ਤਾਂ ਫੀਮ ਦੀ ਥਾਂ ਉਹ ਨਸ਼ੇ ਦੀਆਂ ਗੋਲੀਆਂ ਜਿਹੀਆਂ ਵੀ ਖਾਂਦਾ ਸੀ ਤੇ ਉਹ ਬੀੜਾ ਜਿਹਾ ਵੀ ਲੈਂਦਾ ਸੀ। ਮਹਿੰਦਰ ਦੀ ਇਹ ਗੱਲ ਸੁਣ ਕੇ ਅਮਰੀਕ ਨੇ ਸੋਚਿਆ, ਚੰਗਾ ਹੋਇਆ ਉਹਦੇ ਪਿਓ ਦੀਆਂ ਇਹ ਗੱਲਾਂ ਉਸ ਕੋਲੋਂ ਲੁਕੀਆਂ ਰਹੀਆਂ, ਇੰਜ ਉਹ ਸ਼ਰੇਆਮ ਨਹੀਂ ਸੀ ਕਰਦਾ। ਇਸ ਲਈ ਹੋ ਸਕਦਾ ਲੋਕਾਂ ਨੂੰ ਵੀ ਉਸਦੀਆਂ ਇਹਨਾਂ ਗੱਲਾਂ ਦਾ ਪਤਾ ਨਾ ਹੋਵੇ, ਤੇ ਜੇ ਉਹਦਾ ਪਿਓ ਸ਼ਰੇਆਮ ਭਾਂਡੇ ਚੁੱਕਦਾ, ਨਸਵਾਰ ਲੈਂਦਾ ਤੇ ਗੋਲੀਆਂ ਖਾ ਕੇ ਡਿੱਗਦਾ ਰਹਿੰਦਾ ਤਾਂ ਉਹਨਾਂ ਦੇ ਪਰਿਵਾਰ ਦੀ ਕੋਈ ਇੱਜ਼ਤ ਰਹਿਣੀ ਨਹੀਂ ਸੀ। ਅੱਗੇ ਵੱਡੀ ਕੁੜੀ ਦੇ ਸਾਖ ਛੁੱਟਣ ਦੀ ਨਮੋਸ਼ੀ ਨੇ ਉਹਦੀ ਜ਼ਮੀਰ ਨੂੰ ਧੁਰ ਅੰਦਰੋਂ ਜ਼ਖਮੀ ਕਰ ਦਿੱਤਾ ਸੀ। ਕਿਉਂ ਬੀਬੀ, ਠੀਕ ਗੱਲ ਹੈ? ਉਸਨੂੰ ਭਰੇ ਪੀਤੇ ਨੂੰ ਇਤਰਾਜ਼ ਸੀ ਕਿ ਉਹਦੀ ਮਾਂ ਨੇ ਉਸਨੂੰ ਰੁਪਏ ਕਰਜ਼ ਚੁੱਕਣ, ਜ਼ਮੀਨ ਗਹਿਣੇ ਪਾਉਣ ਤੇ ਇਸ ਤਰ੍ਹਾਂ ਹੀ ਉਹਦੇ ਪਿਓ ਦੀਆਂ ਵਿਗੜਦੀਆਂ ਆਦਤਾਂ ਬਾਰੇ ਉਸਨੂੰ ਕਿਉਂ ਨਹੀਂ ਸੀ ਦੱਸਿਆ। ਠੀਕ ਆ, ਹੋਰ ਝੂਠ ਥੋੜ੍ਹੀ ਹੈ? ਸਭ ਤੋਂ ਛੋਟੀ ਕੁੜੀ ਬੋਲ ਪਈ। ਇਸ ਹਿਸਾਬ ਨਾਲ ਤਾਂ ਜਿਹੜੀ 2 ਕਿੱਲੇ ਬਚਦੀ ਸੀ ਜੇ ਜਿਉਂਦਾ ਰਹਿੰਦਾ ਤਾਂ ਉਹ ਵੀ ਗਹਿਣੇ ਪੈ ਜਾਣੀ ਸੀ, ਪਿੱਛੇ ਰਹਿ ਕੀ ਜਾਣਾ ਸੀ?
ਗੱਲ ਅਮਰੀਕ ਦੇ ਮੂੰਹ ਵਿੱਚ ਹੀ ਸੀ ਕਿ ਮਹਿੰਦਰ ਬੋਲ ਪਿਆ, ਪਿੱਛੇ ਰਹਿ ਜਾਣਾ ਸੀ ਠੁਣ ਠੁਣ ਗੋਪਾਲ। ਉਹ ਮੈਂ ਤਾਂ ਨਾ ਭਾਜੀ ਅਜੇ ਵੀ ਵੇਲੇ ਸਿਰ ਮਰ ਗਿਆ, ਚੰਗਾ ਹੀ ਹੋਇਆ ਇਹ ਵੀ। ਮਹਿੰਦਰ ਗੱਲ ਕਰਕੇ ਫਿੱਕਾ ਜਿਹਾ ਹੱਸਿਆ। ਉਹਦੇ ਹਾਸੇ ਵਿੱਚ ਨਾ ਹੀ ਕੋਈ ਖੁਸ਼ੀ ਸੀ ਤੇ ਨਾ ਹੀ ਕੋਈ ਦਰਦ, ਅਜੀਬ ਤਰ੍ਹਾਂ ਦਾ ਇੱਕ ਬੇਰੰਗ ਹਾਸਾ। ਹਨੇਰੇ ਵਿੱਚ ਹੀ ਪਰਿਵਾਰ ਦੇ ਹੋਰ ਵੀ ਇੱਕ ਦੋ ਜੀ ਹੌਲੀ ਜਿਹੀ ਹੱਸੇ। ਇੰਜ ਲੱਗਦਾ ਸੀ ਜਿਵੇਂ ਉਹਨਾਂ ਨੂੰ ਮਹਿੰਦਰ ਦੀ ਆਖੀ ਗੱਲ ਸਰਬਸੰਮਤੀ ਨਾਲ ਪ੍ਰਵਾਨ ਸੀ ਤੇ ਉਹ ਇਸ ਘਰ ਦੇ ਸਾਈਂ ਦੇ ਵੇਲੇ ਸਿਰ ਤੁਰ ਜਾਣ ਤੇ ਜਿਵੇਂ ਸੁਰਖਰੂ ਹੋਏ ਮਹਿਸੂਸ ਕਰ ਰਹੇ ਸਨ। ਦੋਸਤੋ, ਇਹ ਸੀ ਵਰਿਆਮ ਸੰਧੂ ਦੀ ਕਹਾਣੀ ਅੰਗ ਸੰਗ। ਅਗਲੀ ਵਾਰੀ ਫਿਰ ਇੱਕ ਨਵੀਂ ਕਹਾਣੀ ਦੇ ਨਾਲ ਬਹੁਤ ਜਲਦੀ ਮਿਲਦੇ ਹਾਂ ਜੀ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।